ਸਪੋਰਟ ਕਰਨਗੇ ਬੜੀ ਗੱਲ ਲੱਗਦਾ ਨੇਕ ਚੌਧਰੀਆਂ ਘਰ ਆ ਗਈਆਂ
चौधरी साहब मैं तुहानू अपनी मजबूरी कित्थों सुनानी शुरू करा सुना जो तेरे दिल दस मेरा ताया ना हाँ जी बुढ़े आदमी ने मेरा ब्याह करने लगा सी जालम दा बच्चा अगली गल मैं कार छड के नस आई हां बहुत चंगा कीते चंगा कीता ना पर मैं जदों दी कार छड के नसी आ ना ओने मेरे पीछे बंदूक क्यों मारे लाते ने तेनू क्यों है ओ ईशा दा टाइम होया गोली कोलो डर गया गोली दी अखां थोड़ी होंदियां ने वेखना के सामने तारक डैडी आ या गोली तेरी मासी दा धी आ बत्ती बोर तेरी नानी आ वे जिड्डा तू सोना ना जिड्डा तेरा रंग चिट्टा है तेनु गोली ने की कहना वाला तो जे अगो कारतूस पै गया ओ फिर तेरा नसीब आया ना मुंह च पानी कारतूस दा ना लिया ओ फिर तेरा नसीब जिड्डा तू सोना अपना गल सुना बाहर निकल मरासिया अरे जा इबादत कर रहे हैं इन्हां नु मेरे हाथ तो पहले डराया तेरी वालदा मुद्रमा इस गल का भी पता है कि मुंडे इंज भी करते ने मैं क्या मुलख दे बारे गल करन लगा की होया पनाह चाहिदी है ते तू क्यों नहीं दिती तेरी ते पनाह भी बड़ी है तेरे सदके जावा चाची जी तू अपनी पनाह वेखी नहीं साडा दो मरले दा घर है तेरा चार मरले दा घर है होया की है ताया मेरा बुड्ढे आदमी नाल ब्याह करना चाहुंदा सी मैं घर छड के नस आई हां जदों दी घर छड के नसी आ ओने मेरे पीछे बंदूकां वाले लाते ने दे पनाह दे हुण दे मैं ना तेरे लिए पानी लेके आई पानी उन्हें पेंचर वेखना इधर आ यार मैं क्या कुछ तो सोच रहे हैं सोच रहे हैं सोचन दे ओ आई हो इनू मेल ये देंदी हो बना हाय ना कितने सोने हो तुसी वाला है हमने कभी गरूर नहीं किया गरीब ने अभी छत्तर ना खा ली बड़ा बड़ा हौसला है तुहाडा बड़ा हौसला मैं राती वेख्या मजबूर हां कादी मजबूरी है ताया मेरा बुढ़े आदमी नाल मेरा व्याह कराना चाहुंदा सी इहनू दस बुढ़िया दी बहुत कारी गल क्यों कुत्ते वांगू भौंकी जाना कुत्ते तो याद आया अबे दा की हाल है परसों तो पांड्या गया है पांड्या तो छुट्टी मार के निकल गया एक दिन माइयर बढ़िया गया हाँ बुढ़े बंदे ना ब्याह कराना चाहता हाँ मलाई नु बुढ़ा दे बोती बंदा इन्हें तो पेंड से पेंडा जाड़ते हैं ए दे प्यो का भी टापा मैं खोल के पुट्ठा फिट किया इन्ना कुछ जमे है
ਟਾਪਾ ਤੂੰ ਖੋਲੇ ਹਾਂ ਤੇ ਗੇਰ ਬਕਸਾ ਕਿੱਥੇ ਲੈ ਗਈ ਉਹਦਾ ਬਕਵਾਸ ਨਾ ਕਰਵੇ ਖਾਨਾ ਖਰਾਬਾ ਖੋਰੇ ਕਤਰ 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 ਮਰ ਜਾਣਾ ਖੋਰੇ ਤੇਰੀ ਮਾਰੀ ਤੇਰੀ ਮਾਂ ਪਲੇਟ ਖਾਂਦੀ ਰਹੀ ਹੈ ਤੇਰੀ ਮਾਂ ਸੁਣਿਆ ਭੁੱਲਾ ਹੀ ਖਾਂਦੀ ਰਹੀ ਹੈ ਬਕਵਾਸ ਨਾ ਕਰੀ ਤੇਜ਼ ਔਰਤ ਹੋਇਆ ਕੀ ਇਹਦੀ ਵਜ੍ਹਾ ਨਾਲ ਅਸੀਂ ਫੈਸਲਾਬਾਦ ਦੇ ਘੰਟਾ ਘਰ ਨੂੰ ਲੋਹੇ ਦਾ ਜੰਗਲਾ ਚਾੜਿਆ ਮੇਰੀ ਵਜ੍ਹਾ ਤੋਂ ਨਹੀਂ ਤੇਰੀ ਅੰਮੀ ਨੇ ਉਹਦੀਆਂ ਖਰਾਰੀਆਂ ਖਰਾਬ ਕਰਤੀਆਂ ਨੇ ਖਰਾਰੀਆਂ ਤੇ ਆਪੇ ਖਾਲਾ ਖਰਾਬ ਹੋਣੀਆਂ ਗਰੀਸ ਵਾਲਾ ਡੱਬਾ ਤੇ ਤੇਰੇ ਹੱਥ 'ਚ ਰਹਿੰਦਾ ਸੀ ਮਰਨਿਆ ਤੇਰੇ ਪਿਓ ਕੋਲ ਗਰੀਸ ਹੁੰਦੀ ਤੇ ਤੂੰ ਇੰਨਾ ਕੁ ਜਿੰਨਾ ਜੰਮਦਾ ਫੈਸਲਾ ਬਾਦੋ ਇੱਥੇ ਆਉਂਦਾ ਇਹ ਦਾਦਾ ਦੀ ਨਗਰੀ ਹੈ ਜਿਹਨੂੰ ਭਾਗ ਲੱਗਦੇ ਆ ਫਿਰ ਬੈਠਾ ਕਿ ਨਹੀਂ ਇੱਥੇ ਇਹ ਭਾਗ ਨਹੀਂ ਮੈਂ ਸੁਣਿਆ ਲੋਕਾਂ ਨੂੰ ਭਾਗ ਲੱਗਦੇ ਪਰ ਤੈਨੂੰ ਇੱਥੇ ਆ ਕੇ ਦਾਗ ਹੀ ਲੱਗਾ ਹੈ ਤੇ ਧੋਲੇ ਕੱਪੜੇ ਵੇ ਪਰ ਫਟੇ ਪੁੱਠੇ ਆਪਣੀ ਗੱਲ ਕਰ ਨੂੰ ਭੁੱਲ ਤਾਇਆ ਮੇਰੇ ਨਾਲ ਬੁੱਢੇ ਆਦਮੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਤੇਰਾ ਅੱਗੇ ਕੁਛ ਦੱਸਣ ਦੀ ਗੱਲ ਲੋੜ ਨਹੀਂ ਇਹ ਆਪਣਾ ਤਾਇਆ ਜ਼ਰਾ ਮੇਰੇ ਮੱਥੇ ਲਾ ਬੰਨ ਦੁਪੱਟਾ ਤੇ ਚੜ ਖੰਬੇ ਤੇ ਮੈਂ ਵੇਖੀ ਜਾਂਦਾ ਤੇ ਮਿੱਟੀ ਨਾਲ ਤੇਲ ਪਾ ਕੇ ਅੱਗ ਨਾ ਲਾਤੀ ਤੇ ਅੱਗ ਲਾਤੀ ਤੇ ਸੜਿਆ ਤੇਰੇ ਕਿਸ ਕੰਮ ਰਹੇਗਾ ਜਦੋਂ ਦਾ ਮੈਂ ਘਰ ਛੱਡ ਕੇ ਨਸੀ ਆ ਨਾ ਉਹਨੇ ਮੇਰੇ ਪਿੱਛੇ ਬੰਦੂਕਾਂ ਵਾਲੇ ਲਾਤੇ ਨੇ ਖੋਲ ਦੁਪੱਟਾ ਕਰ ਧਮਾਲ ਦਰਸਲ ਗੱਲ ਪਤਾ ਕੁੜੀਏ ਕੀ ਹੈ ਹਾਂਜੀ ਮੈਂ ਨਾ ਦੁਪਹਿਰ ਵੇਲੇ ਦੀ ਹਾਂਡੀ ਚੁੱਲ੍ਹੇ ਤੇ ਰੱਖੀ ਏ ਮੈਨੂੰ ਡਰ ਲੱਗ ਕੇ ਤੇਰਾ ਲੱਗ ਨਾ ਜਾਵੇ ਹਾਂਡੀ ਵੈਸੇ ਤੁਹਾਡੀ 25 ਸਾਲ ਤੋਂ ਲੱਗੀ ਜੇ ਡਰ ਨਹੀਂ ਰਹਿ ਗਿਆ ਸੇਖ ਸੂ ਕੀ ਲੋੜ ਆ ਜੋ ਆਪਣਾ ਸੋਹਣਿਆ ਇਤਰਾ ਗੱਲ ਪਤਾ ਕੀ ਹੈਗੀ ਗੱਲ ਹੈਗੀ ਕਿ ਦੁਕਲ ਨੂੰ ਬੁਲਾਉਂਦੇ ਹਾਂ ਉਹਨੂੰ ਕਹਿੰਦੇ ਹਾਂ ਕਿ ਇਹਨੂੰ ਪਨਾਹ ਦੇ ਬੰਦੂਕਾਂ ਲੈ ਆਣਗੇ ਉਹਨੂੰ ਫਾਇਰ ਮਾਰ ਗਏ ਉਹ ਮਰ ਜਾਏਗਾ ਇਹ ਸਾਰੇ ਮਕਾਨ ਸਾਡੇ ਆਪਣੇ ਆਪਣਾ ਆਪਣਾ ਫਲੈਟ ਜੀ ਬਿਸਮਿਲਾ ਸੇਲੀ ਜੀ ਮੇਰੇ ਕੰਮ ਤੇ ਕਰ ਜਿਹੜਾ ਤੂੰ ਕਰਾਉਣਾ ਮੇਰੇ ਕੋ ਨਹੀਂ ਜੇ ਹੋਣਾ ਆ ਜਿਹੜਾ ਜਨਾਬ ਦੁਕਰ ਸਹੇਬ ਆਹਾ ਅੱਜ ਉਹ ਤਾਂ ਬਾਸਾ ਦੇ ਰਿਹਾ ਖੈਰ ਸਾਹਿਬ ਉਧਰ ਤੇ ਵੇਖੋ ਭਾਈ ਯਾਰ ਕੀ ਇਹ ਕੀ ਤਕੱਲਫ ਕੀਤਾ ਯਾਰ ਦੁਕਰ ਸਾਹਿਬ ਘਬਰਾ ਨਾ ਤੂੰ ਤੇ ਔਰਤ ਤੇ ਦੁਖੀ ਹੈ ਦੁਖੀ ਤੇ ਮੈਂ ਡੈਡੀ ਨੂੰ ਛੱਡਿਆ ਗੱਲ ਕੀ ਹੈ ਜਨਾਬ ਮੈਨੂੰ ਪਨਾਹ ਚਾਹੀਦੀ ਕਾਰ ਛੱਡ ਕੇ ਨੱਸੀ ਆ ਮੈਂ ਅੱਛਾ ਯਾਨੀ ਕਿ ਮਜਬੂਰ ਹੈ ਕਰ ਨਹੀਂ ਹੈਗਾ ਤੇਰੇ ਕੋ ਰਹਿਣਾ ਚਾਹੀਦੀ ਪਰ ਤੁਸੀਂ ਕਿਉਂ ਨਹੀਂ ਪਨਾਹ ਦਿੰਦੇ ਗੱਲਾਂ ਕਿ ਨਹੀਂ ਵਾਹ ਸਾਡੇ ਘਰ ਇੱਕ ਮੰਜੀ ਆ ਮੈਂ ਤੇ ਮੇਰੀ ਅੰਮੀ ਇਕੱਠੇ ਸੌਨੇ ਆ ਉਹ ਮੇਰੇ ਤੇ ਲੱਤ ਰੱਖਦੀ ਮੇਰਾ ਸਵੇਰੇ ਸਾਹ ਨਿਕਲਦਾ ਉਹ ਅੰਮੀ ਇਹ ਸ਼ਿਕਾਇਤ ਤੇ ਮੈਨੂੰ ਵੀ ਹੈ ਕੋਈ ਗੱਲ ਨੀ ਸਾਡੀ ਹਵੇਲੀ ਚ ਰਹਿ ਗਈ ਬਕਵਾਸ ਬੰਦ ਕਰ ਨਾਲ ਲੈ ਗਿਆ ਤੇ ਜੇ ਗੱਲ ਇਥੋਂ ਬਾਹਰ ਨਿਕਲੀ ਤੇ ਮੈਂ ਲੱਤਾਂ ਮੜ ਦੇਣਾ ਤੁਹਾਡੇ ਸਾਰਿਆਂ ਦੀਆਂ ਠੀਕ ਆ ਲੈ ਕੇ ਓਏ ਆ ਜਾ ਸੇ ਚੱਲ ਸੇਲੀ ਮੇਰਾ ਕੰਮ ਤੇ ਹੋ ਗਿਆ